ਕੁਮਾਰ ਵਿਸ਼ਵਾਸ ਜਿਹੜਾ ਪਹਿਲਾਂ ਸਿੱਖਾਂ ਦਾ ਸਰਦਾਰਾਂ ਦਾ ਮਜ਼ਾਕ ਬਣਾਉਂਦਾ ਹੈ ਤੇ ਫਿਰ ਜਦੋਂ ਸਿੱਖ ਜਗਤ ਦਾ ਰੋਹ ਉੱਠਦਾ ਹੈ ਤਾਂ ਫਿਰ ਮੁਆਫੀ ਜਿਹੀ ਮੰਗ ਕੇ ਸਾਰ ਦਿੰਦਾ ਹੈ। ਅਜਿਹਾ ਉਸ ਵੱਲੋਂ 2-4 ਵਾਰ ਕੀਤਾ ਜਾ ਚੁੱਕਾ ਹੈ। ਸਿੱਖਾਂ ਦੇ 12 ਵੱਜਣ ਦਾ ਮਜ਼ਾਕ ਬਣਾਉਣਾ, ਸਰਦਾਰਾਂ ਦੀ ਦਸਤਾਰ ਬਾਰੇ, ਸਰਦਾਰਾਂ ਦੇ ਸੁਭਾਅ ਬਾਰੇ ਚੁਟਕਲੇ ਬਣਾਉਣਾ, ਫਿਲਮਾਂ ਵਿੱਚ ਸਿੱਖ ਕਿਰਦਾਰਾਂ ਨੂੰ ਮਜ਼ਾਕੀਆ ਬਣਾਉਣਾ, ਅਜਿਹੇ ਵਾਕੇ ਹਨ ਜੋ ਕਦੇ ਨਾ ਕਦੇ ਘਟਦੇ ਰਹਿੰਦੇ ਹਨ। ਪੰਜਾਬੀ ਗਾਇਕ ਤਰਸੇਮ ਸਿੰਘ ਜੱਸੜ ਨੇ ਹੁਣੇ ਹੁਣੇ ਇੱਕ ਗੀਤ ਰਿਲੀਜ਼ ਕੀਤਾ ਹੈ ਜੋ ਕਿ ਸ਼ਾਇਦ ਉਸ ਵੱਲੋਂ ਕੁਮਾਰ ਵਿਸ਼ਵਾਸ ਵਰਗੇ ਲੋਕਾਂ ਨੂੰ ਹੀ ਜਵਾਬ ਕਿਹਾ ਜਾ ਸਕਦਾ ਹੈ ਜੋ ਸਿੱਖਾਂ ਦਾ ਮਜ਼ਾਕ ਉਡਾਉਂਦੇ ਹਨ। ਪਹਿਲਾਂ ਉਸ ਗੀਤ ਦੀਆਂ ਕੁਝ ਸਤਰਾਂ ਤੁਹਾਨੂੰ ਸੁਣਾ ਦਿੰਦੇ ਹਾਂ। ਇਹਨਾਂ ਦੀਆਂ ਅੱਖਾਂ ਬੋਲਦੀਆਂ ਨੇ, ਮੂੰਹ ਹੋਤਾ ਨਾ ਬਾਤਾ ਬੋਲੇ, ਇਹ ਜੋਕਰ ਨੀ ਕਾਕਾ ਕੁੱਟ ਕੁੱਟ ਕਰ ਦਿੰਦੇ ਸਿਰ ਬੋਲੇ, ਸਦਾ ਜੋਸ਼ ਚ ਰਹਿੰਦੇ ਨੇ ਗੱਡੀਆਂ ਦੇ ਵਿੱਚ ਸੁਣਦੇ ਢਾਦੀ ਪੂਰੇ ਕੁਰਬਾਨੀ ਲਈ ਡਿਪਲੋ ਮੈਸੀ ਦੇ ਵਿੱਚ ਫਾਡੀ ਅਸੀਂ ਪੁੱਤ ਸਰਦਾਰਾਂ ਦੇ ਪੱਲਿਆ ਗੱਜ ਪਠਾਣ ਹੈ ਸਾਡੀ। ਅਕਸਰ ਕਿਹਾ ਜਾਂਦਾ ਕਿ ਸਿੱਖ ਕੌਮ ਨੇ ਦੁਨੀਆਂ ਨੂੰ ਰਾਜ ਲੈ ਕੇ ਦਿੱਤੇ ਹਨ। ਅੰਗਰੇਜ਼ਾਂ ਤੋਂ ਲੈ ਕੇ ਹਿੰਦੁਸਤਾਨੀਆਂ ਲਈ ਸਿੱਖ ਕੌਮ ਨੇ ਕੁਰਬਾਨੀਆਂ ਕੀਤੀਆਂ, ਪਰ ਜਦੋਂ ਗੱਲ ਖੁਦ ਦੇ ਰਾਜ ਦੀ ਆਈ ਤਾਂ ਸਿੱਖ ਕੌਮ ਚਲਾਕੀਆਂ ਸਾਹਮਣੇ ਧੋਖਾ ਖਾ ਗਈ। ਅਜਿਹੇ ਹੀ ਹਾਲਾਤਾਂ ਨੂੰ ਬਿਆਨ ਕਰਦਾ ਹੈ ਤਰਸੇਮ ਸਿੰਘ ਜੱਸੜ ਦਾ ਇਹ ਗੀਤ ਕਿ ਸਿੱਖ ਕੌਮ ਕੁਰਬਾਨੀ ਖੁਣੋਂ ਕਦੇ ਪਿੱਛੇ ਨਹੀਂ ਰਹਿੰਦੀ, ਪਰ ਰਾਜਨੀਤੀ ਕੂਟਨੀਤੀ ਵਿੱਚ ਪਿੱਛੇ ਰਹਿ ਜਾਂਦੀ ਹੈ। ਭਾਵੇਂ ਗਜਨੀ ਦੇ ਬਾਜ਼ਾਰ ਵਿੱਚ ਟਕੇ ਟਕੇ ਦੇ ਵਿਕਦੀ ਭਾਰਤ ਦੀ ਇੱਜ਼ਤ ਬਚਾਉਣ ਦਾ ਮਾਮਲਾ ਸੀ ਅਤੇ ਭਾਵੇਂ ਅੰਗਰੇਜ਼ਾਂ ਕੋਲੋਂ ਆਜ਼ਾਦੀ ਲੈਣ ਦਾ ਮਾਮਲਾ, ਸਿੱਖ ਕੌਮ ਨੇ ਉਹ ਕਾਰਨਾਮੇ ਪੈਦਾ ਕੀਤੇ ਜਿਸ ਦੀ ਮਿਸਾਲ ਨਾ ਹੁਣ ਤੱਕ ਮਿਲਦੀ ਹੈ ਅਤੇ ਨਾ ਆਉਣ ਵਾਲੇ ਸਮੇਂ ਵਿੱਚ ਮਿਲ ਸਕਦੀ ਹੈ। ਉਹ ਲੋਕ ਜਿਹੜੇ ਕਦੇ ਆਪਣੀਆਂ ਇੱਜ਼ਤਾਂ ਨਾ ਬਚਾ ਸਕੇ ਉਹ ਅੱਜ ਉਹਨਾਂ ਸੂਰਮਿਆਂ ਨੂੰ ਟਿੱਚਰਾਂ ਕਰਦੇ ਹਨ ਜਿਨ੍ਹਾਂ ਨੇ ਉਹਨਾਂ ਦੀ ਇੱਜ਼ਤ ਵਾਪਸ ਮੋੜ ਕੇ ਲਿਆਂਦੀ ਸੀ। ਕੁਮਾਰ ਵਿਸ਼ਵਾਸ ਵਰਗੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਿੱਖਾਂ ਬਾਰੇ ਸਰਦਾਰਾਂ ਬਾਰੇ ਮਜ਼ਾਕ ਬਣਾਉਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹ ਲਵੇ ਕਿ ਉਸਦਾ ਆਪ ਦਾ ਅਤੀਤ ਕੀ ਹੈ ਜਿਨ੍ਹਾਂ ਸਰਦਾਰਾਂ ਦਾ ਉਹ ਮਜ਼ਾਕ ਬਣਾਉਂਦਾ ਹੈ। ਜੇ ਉਹਨਾਂ ਦੇ 12 ਨਾ ਵੱਜਦੇ ਤਾਂ ਸ਼ਾਇਦ ਇਹਦੇ ਵਰਗੇ ਲੋਕ ਅੱਜ ਵੀ ਗਜਨੀ ਦੇ ਬਾਜ਼ਾਰਾਂ ਵਿੱਚ ਵਿਕਦੇ ਹੁੰਦੇ ਅਤੇ ਗੁਲਾਮੀ ਭੋਗਦੇ ਹੁੰਦੇ। ਬਾਕੀ ਵੀਡੀਓ ਸ਼ੇਅਰ ਕਰਨੀ ਜਾਂ ਨਹੀਂ ਇਹ ਤੁਹਾਡੀ ਮਰਜ਼ੀ ਹੈ। ਹਾਂ, ਜੇ ਕੋਈ ਸੱਚੇ ਸਿੱਖ ਹੋਣ 'ਤੇ, ਸਰਦਾਰ ਹੋਣ 'ਤੇ ਮਾਣ ਕਰਦਾ ਹੈ ਫਿਰ ਜ਼ਰੂਰ ਸ਼ੇਅਰ ਕਰ ਦਿਓ।